everyone welcome or welcome back to my channel BA semester 4 punjabi lazmi 2023 24 ਦੇ ਵਿੱਚ ਕਿਹੜਾ ਅਪਡੇਟਡ ਸਿਲੇਬਸ ਹੈ ਸੋ ਰੈਗੂਲਰ ਡਿਸਟੈਂਸ ਅਤੇ ਪ੍ਰਾਈਵੇਟ ਤਿੰਨਾ ਦੇ ਹੀ ਮੋੜ ਦੇ ਪੇਪਰ ਨੂੰ ਜਿਹੜਾ ਹੈ ਆਪਾਂ ਡਿਸਕਸ ਕਰਾਂਗੇ ਕਿ ਕਿੱਦਾਂ ਜਿਹੜਾ ਹੈ ਸਿਲੇਬਸ ਪੈਟਰਨ ਤੁਹਾਡਾ ਹੋਵੇਗਾ ਸੋ ਰੈਗੂਲਰ ਵਾਲਿਆਂ ਦੀ 25 ਨੰਬਰ ਦੀ ਇੰਟਰਨਲ ਅਸੈਸਮੈਂਟ ਹੁੰਦੀ ਹੈ ਤੇ 75 ਨੰਬਰ ਦਾ ਜਿਹੜਾ ਹੈਗਾ ਐਕਸਟਰਨਲ ਹੁੰਦੀ ਹੈ ਯਾਨੀ ਕਿ ਜਿਹੜੇ ਵੀ ਤੁਸੀਂ ਪੇਪਰ ਅਟੈਂਪਟ ਕਰਨਾ ਹੈ ਉਹ 75 ਨੰਬਰ ਦਾ ਕੁਐਸਚਨ ਪੇਪਰ ਤੁਹਾਨੂੰ ਆਊਗਾ ਤੇ ਇੰਟਰਨਲ ਅਸੈਸਮੈਂਟ 25 ਨੰਬਰ ਦੀ ਹੋਊਗੀ ਟੋਟਲ 100 ਜਿਹੜਾ ਹੈ ਐਦਾਂ ਮੰਨਦਾ ਤੁਹਾਡਾ ਰੈਗੂਲਰ ਵਾਲਿਆਂ ਦਾ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦੀ ਇੰਟਰਨਲ ਅਸੈਸਮੈਂਟ ਨਹੀਂ ਹੁੰਦੀ 100 ਨੰਬਰ ਦਾ ਕੁਐਸਚਨ ਪੇਪਰ ਇਹਨਾਂ ਦਾ ਦਿੱਤਾ ਜਾਂਦਾ ਸੋ ਉਸ ਤੋਂ ਬਾਅਦ ਛੱਪਾ ਗੱਲ ਕਰਾਂਗੇ ਕਿ ਪਾਕ ਊੜਾ ਦੇ ਵਿੱਚ ਕਿਹੜੇ-ਕਿਹੜੇ ਕਨਸੈਪਟ ਨੇ ਜਿਹੜੇ ਆਉਣਗੇ ਸੋ ਊੜਾ 1 ਦੇ ਵਿੱਚ ਕਾਵਲੇਰਾ ਸੰਪਾਦਕ ਲਖਵੀਰ ਸਿੰਘ ਡਾਕਟਰ ਜਸਵਿੰਦਰ ਸਿੰਘ ਡਾਕਟਰ 인ਦਰਜੀਤ ਸਿੰਘ ਚਿਮਾ ਪਬਲਿਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੋ ਕਾਵਲੇਰਾ ਬੁੱਕ ਤੁਹਾਨੂੰ ਲੱਗੀ ਹੈ ਠੀਕ ਹੈ ਇਹਦੇ ਵਿੱਚ ਕਾਫੀ ਸਾਰੇ ਨੋਟਸ ਜਿਹੜੇ ਨੇ ਮੈਂ YouTube ਚੈਨਲ ਦੇ ਉੱਤੇ ਅਪਲੋਡ ਕੀਤੇ ਹੋਏ ਨੇ ਕਾਫੀ ਸਨੀਆਂ ਪੋਇਮਸ ਦੇ ਵਿਸ਼ਾ ਵਸਤੂ ਤੇ ਸਾਰ ਤੁਸੀਂ ਉੱਥੋਂ ਦੀ ਦੇਖ ਕੇ ਜਿਹੜਾ ਹੈਗਾ ਤਿਆਰੀ ਕਰ ਸਕਦੇ ਹੋ ਠੀਕ ਹੈ ਤੇ ਨਾਲ ਹੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਹੈ ਆਪਾਂ ਸੋ ਕਿਸੇ ਵੀ ਇੱਕ ਕਵਿਤਾ ਦਾ ਸਾਰ ਵਿਸ਼ਾ ਵਸਤੂ ਕਵਿਤਾ ਦਾ ਸੰਦੇਸ਼ ਸਨੇਹਾ ਕੀ ਹੈ ਤੁਹਾਨੂੰ ਕੋਸ਼ਨ ਇਹਦੇ ਵਿੱਚ ਆ ਸਕਦਾ ਹੈ ਠੀਕ ਹੈ ਤਿੰਨ ਕਵਿਤਾ ਪੁੱਛੀਆਂ ਜਾਣਗੀਆਂ regular distance ਤੇ private ਵਾਲਿਆਂ ਨੂੰ ਤਿੰਨਾਂ ਨੂੰ ਹੀ ਤਿੰਨ-ਤਿੰਨ ਪੁਆਇੰਟਸ ਜਿਹੜੀਆਂ ਨੇ ਪੁੱਛੇ ਜਾਣੀਆਂ ਜਿੰਨਾਂ ਚੋਂ ਆਪਾਂ ਨੇ ਇੱਕ ਕਰਨੀ ਹੈ ਠੀਕ ਹੈ ਕਾਬਲੇਨਾਂ ਦੇ ਵਿੱਚੋਂ ਤਿੰਨ ਪੁਆਇੰਮਸ ਦੇ ਵਿੱਚੋਂ ਇੱਕ ਪੁਆਇਮ ਦਾ ਆਪਾਂ ਨੂੰ ਅ ਵਿਸ਼ਾ ਵਸਤੂ ਸਾਰ ਜਾਂ ਫਿਰ ਕਵਿਤਾ ਦਾ ਸਨੇਹਾ ਪੁੱਛ ਸਕਦੇ ਨੇ regular ਵਾਲਿਆਂ ਨੂੰ ਜਿਹੜਾ ਏਵਲਾ ਕੁਐਸਚਨ ਹੈਗਾ ਇਹ 10 ਅੰਕਾਂ ਦਾ ਹੈ distance private ਵਾਲਿਆਂ ਨੂੰ 15 ਨੰਬਰਾਂ ਦਾ ਇਹੇ ਕੁਐਸਚਨ ਆਊਗਾ ਠੀਕ ਹੈ ਸੋ ਇਹ ਪੁਆਇਮ ਦਾ ਸਾਰ ਵਿਸ਼ਾ ਵਸਤੂ ਰੈਗੂਲਰ ਵਾਲਿਆਂ ਨੂੰ 10 ਨੰਬਰ ਦਾ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਨੂੰ 15 ਨੰਬਰ ਦਾ ਹੈਗਾ ਤੇ ਕਿੰਨੇ ਪੇजेस ਚ ਕਰਨਾ ਹੈ ਡੇਢ ਦੋ ਸ਼ੀਟਸ ਚ ਆਪਣ ਨੇ अटेम्प्ट ਕਰਕੇ ਆਉਣਾ ਉਸ ਤੋਂ ਬਾਅਦ ਚ ਹੈ ਊੜਾ 2 ਊੜਾ 2 ਦੇ ਵਿੱਚ ਹੈਗਾ ਕਵਿਤਾ ਦੀ ਪ੍ਰਸੰਗਸ਼ਿਤ ਵਿਆਖਿਆ ਠੀਕ ਹੈ ਰੈਗੂਲਰ ਵਾਲਿਆਂ ਨੂੰ ਇਹ ਪ੍ਰਸੰਗਸ਼ਿਤ ਵਿਆਖਿਆ ਦੋ ਪੁੱਛੀਆਂ ਜਾਣੀਆਂ ਦੋ ਦੇ ਵਿੱਚੋਂ ਇੱਕ ਕਰਨੀ ਹੈ ਠੀਕ ਹੈ 10 ਨੰਬਰ ਦੀ ਹੋਊਗੀ ਫਾਈਨ ਦੋ ਦੇ ਵਿੱਚੋਂ ਰੈਗੂਲਰ ਵਾਲਿਆਂ ਨੂੰ ਦੋ ਪ੍ਰਸੰਗਸ਼ਿਤ ਵਿਆਖਿਆ ਵਾਲੇ ਕੁਐਸਚਨ ਪੁੱਛੇ ਜਾਣਗੇ ਜਿਦੇ ਵਿੱਚੋਂ ਦੋ ਜਿਹੜਾ ਹੈਗਾ ਦੋ ਚੋਂ ਇੱਕ ਕਰਨਾ ਹੈ ਅਤੇ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਨੂੰ ਚਾਰ ਦੇ ਵਿੱਚੋਂ ਜਿਹੜੀਆਂ ਨੇ ਦੋ ਪ੍ਰਸੰਗਸਾਤ ਵਿਆਖਿਆ ਇਹਨਾਂ ਨੇ ਕਰਨੀਆਂ ਹੈ। ਰੈਗੂਲਰ ਵਾਲਿਆਂ ਨੂੰ 10 ਨੰਬਰ ਦਾ ਹੋਗਾ ਕਿਉਂਕਿ ਦੋ ਪੁਆਇੰਸਾ ਦੋ ਪੁਆਇੰਸ ਦੇ ਵਿੱਚੋਂ ਇੱਕ ਕਰਨਾ ਹੈ ਅਤੇ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਨੂੰ ਚਾਰ ਦੇ ਵਿੱਚੋਂ ਦੋ ਪ੍ਰਸੰਗਸਾਤ ਵਿਆਖਿਆ ਕਰਨੀਆਂ ਕੋਈ ਦੋ। 20 ਨੰਬਰ ਦਾ ਉਹਨਾਂ ਦਾ ਇੱਥੋਂ ਦੀ ਜਿਹੜਾ ਹੈਗਾ ਇਹ ਅੰਕ ਬਣਦੇ ਨੇ। ਠੀਕ ਹੈ। ਰੈਗੂਲਰ ਵਾਲਿਆਂ ਦੇ 10 ਨੰਬਰ ਦੇ ਪੁਆਇੰਮਨ ਨੇ ਦੋ ਚੋਂ ਦੋ ਪ੍ਰਸੰਗ ਸਹਿਤ ਵਿਆਖਿਆਵਾਂ ਚੋ ਇੱਕ ਕਰਨੀ ਆ ਡਿਸਟੈਂਸ ਪ੍ਰਾਈਵੇਟ ਵਾਲਿਆਂ ਨੂੰ ਚਾਰ ਪੁਆਇਮਾਂ ਦਾ ਜਿਹੜਾ ਹੈ ਪ੍ਰਸੰਗ ਸਹਿਤ ਵਿਆਖਿਆ ਦਿੱਤੀ ਜਾਊਗੀ ਜਿਨ੍ਹਾਂ ਚੋਂ ਕੋਈ ਵੀ ਦੋ ਕਰਨੀ ਆ ਅਤੇ 10-10 ਨੰਬਰ ਦੀਆਂ ਇਹ ਹੋਣਗੀਆਂ 20 ਨੰਬਰਾਂ ਦਾ ਇੱਥੋਂ ਜਿਹੜਾ ਹੈ ਤੁਹਾਡਾ ਪੁੱਛਿਆ ਜਾਊਗਾ ਹੁਣ ਵੱਧਦੇ ਆ ਭਾਗ ਈਡੀ ਦੇ ਭਾਗ ਆੜਾ ਦੇ ਵੱਲ ਆੜਾ ਵਨ ਦੇ ਵਿੱਚ ਪੰਜਾਬੀ ਕੰਪਿਊਟਰ ਸਿਖਲਾਈ ਰਿਲੇਟਡ ਕੁਐਸਚਨ ਪੁੱਛੇ ਜਾਣਗੇ ਗੁਰਮੁਖੀ ਫੌਂਟ ਆਰੰਭ ਅਤੇ ਵਿਕਾਸ ਕਿਵੇਂ ਹੋਇਆ ਫੌਂਟ ਬਦਲੀ ਤਕਨੀਕ ਫੌਂਟ ਕਨਵਰਟਰ ਠੀਕ ਹੈ ਮੁੱਢਲੀ ਜਾਣਕਾਰੀ ਯੂਨੀਕੋਡ ਪ੍ਰਣਾਲੀ ਤਾਂ ਇਹ ਜਿਹੜੇ ਹੈਗੇ ਨੇ ਚਾਰ ਦੇ ਵਿੱਚੋਂ ਦੋ ਪ੍ਰਸ਼ਨ ਜਿਹੜੇ ਨੇ ਕਰਨੇ ਨੇ ਠੀਕ ਹੈ ਚਾਰ ਕੁਐਸਚਨ ਆਣਗੇ ਦੋਨਾਂ ਨੂੰ ਡਿਸਟੈਂਸ ਰੈਗੂਲਰ ਅਤੇ ਪ੍ਰਾਈਵੇਟ ਸਬ ਨੂੰ ਹੀ ਏਜਡ ਹੈਗੇ ਨੇ ਚਾਰ ਦੇ ਵਿੱਚੋਂ ਦੋ ਪ੍ਰਸ਼ਨ ਕਰਨੇ ਹੋਣਗੇ ਇੱਕ ਡੇਢ ਪੰਨੇ ਦੇ ਵਿੱਚ ਜਿਹੜਾ ਹੈ ਇੱਕ ਡੇਢ ਪੇजेस ਦਾ ਇਹ ਆਨਸਰ ਲਿਖਿਆ ਹੋਣਾ ਜਿਆਦਾ ਵੱਡੇ ਚੋੜੇ ਨਹੀਂ ਕਰਨੇ ਅਤੇ ਰੈਗੂਲਰ ਵਾਲਿਆਂ ਨੂੰ ਵੀ ਜਿਹੜਾ ਹੈ ਇਹ 10 ਨੰਬਰ ਦਾ ਆਏਗਾ ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਨੂੰ ਵੀ 10 ਨੰਬਰ ਦਾ ਆਊਗਾ ਠੀਕ ਹੈ ਸੋ ਇੱਥੇ ਮਾਰਕਿੰਗ ਸਕੀਮਾ ਤੁਹਾਡਾ ਸੇਮ ਹੈ ਡੇਢ ਪੇਜ ਤੱਕ ਹੀ ਆਪਾਂ ਨੇ ਕੁਐਸਚਨ ਅਟੈਂਪਟ ਕਰਨਾ ਹੈ ਆੜਾ 2 ਦੇ ਵਿੱਚ ਸ਼ਬਦ ਚ ਰੈਣੀਆਂ ਨਾਂ ਪੜਨਾਵ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਜਿਹੜਾ ਹੈ ਵਿਸਮਕ ਵਗੈਰਾ ਇਹ ਪੁੱਛਣਗੇ ਤੇ ਵਿਆਕਰਨਕ ਭਾਗ ਦੇ ਵਿੱਚ ਲਿੰਗ ਵਚਨ ਕਾਲ কারਕ ਪੁਰਖ ਵਾਚ ਪਖੜ ਇਹ ਸਾਰੇ ਕੁਐਸਚਨ ਪੁੱਛੇ ਜਾਣਗੇ ਈਡੀ ਦੇ ਵਿੱਚ ਗੁਰੂ ਗੁਰਬਾਣੀ ਵਿਆਕਰਨ ਨਾਲ ਜਾਣ ਪਛਾਣ ਓੜੇ ਤੋਂ ਖੱਕੇ ਤੱਕ ਜਿਹੜੇ ਪੰਨੇ ਨੇ ਸ਼ਬਦ ਆਰਥ ਹੋਗੇ ਠੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਪਹਿਲੀ ਸੋ ਇਹ ਕੁਐਸਚਨ ਜਿਹੜੇ ਨੇ ਪੁੱਛੇ ਜਾਣਗੇ ਭਾਗ ਆੜਾ ਦੇ ਵਿੱਚ ਤਾਂ ਰੈਗੂਲਰ ਵਾਲਿਆਂ ਨੂੰ ਠੀਕ ਹੈ ਰੈਗੂਲਰ ਵਾਲਿਆਂ ਨੂੰ ਜਿਹੜਾ ਹੈਗਾ ਇਹ 15 ਨੰਬਰ ਦਾ ਇੱਥੋਂ ਪੁੱਛਿਆ ਜਾਊਗਾ ਪੰਜਾਂ ਦੇ ਵਿੱਚੋਂ ਤਿੰਨ ਕੁਐਸਚਨ ਕਰਨੇ ਨੇ ਠੀਕ ਹੈ ਤਿੰਨੇ ਕੁਐਸਚਨ ਜਿਹੜੇ ਨੇ 5-5 ਨੰਬਰ ਦੇ ਨੇ 5 5 5 15 ਨੰਬਰ ਇੱਥੋਂ ਕੰਪਲੀਟ ਹੋ ਜੰਨੇ ਆ ਇੱਕ ਡੇਢ ਪੇਜ ਦੇ ਵਿੱਚ ਜਿਹੜਾ ਹੈਗਾ ਇਹ ਇਹ ਕੁਐਸਚਨ ਆਪਾਂ ਨੇ ਅਟੈਂਪਟ ਕਰਨਾ ਹੈ ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਨੂੰ ਵੀ ਜਿਹੜਾ ਹੈਗਾ ਇੱਥੋਂ ਦੀ ਪੰਜ ਦੇ ਵਿੱਚੋਂ ਤਿੰਨ ਪ੍ਰਸ਼ਨ ਹੀ ਕਰਕੇ ਆਉਣੇ ਨੇ ਠੀਕ ਹੈ ਰੈਗੂਲਰ ਵਾਲਿਆਂ ਨੇ ਵੀ ਤੇ ਡਿਸਟੈਂਸ ਵਾਲਿਆਂ ਨੇ ਵੀ ਪੰਜ ਦੇ ਵਿੱਚੋਂ ਤਿੰਨ ਪ੍ਰਸ਼ਨ ਕਰਕੇ ਆਉਣੇ ਨੇ 15 ਨੰਬਰ ਦੇ ਇੱਥੋਂ ਬਣਦੇ ਨੇ ਉਸ ਤੋਂ ਬਾਅਦ ਭਾਗ ਈੜੀ ਤੇ ਜੰਨੇ ਆ ਜਿੰਨੇ ਵੀ ਉਪਰੋਂ ਦੀ ਕੰਟੈਂਟ ਹੈਗਾ ਸਾਰਾ ਉਸ ਤੋਂ ਸ਼ਾਰਟ ਕੁਐਸਚਨ ਪੁੱਛੇ ਜਾਣਗੇ ਰੈਗੂਲਰ ਵਾਲਿਆਂ ਨੂੰ 15 ਕੁਐਸਚਨ ਪੁੱਛੇ ਜਾਣਗੇ 2-2 ਨੰਬਰ ਦੇ ਹੋਣਗੇ ਡਿਸਟੈਂਸ ਵਾਲਿਆਂ ਨੂੰ 20 ਪ੍ਰਸ਼ਨ ਪੁੱਛੇ ਜਾਣਗੇ ਜਿਹੜੇ ਕਿ 2-2 ਨੰਬਰ ਦੇ ਹੋਣਗੇ ਯਾਨੀ ਕਿ 40 ਨੰਬਰ ਇਹਨਾਂ ਦੇ ਡਿਸਟੈਂਸ ਤੇ ਪ੍ਰਾਈਵੇਟ ਵਾਲਿਆਂ ਦੇ ਇਧਰੋਂ ਨੇ ਠੀਕ ਹੈ ਰੈਗੂਲਰ ਵਾਲਿਆਂ ਦੇ ਜਿਹੜੇ ਨੇ 3 ਨੰਬਰ ਦਾ ਇਹ ਕੁਐਸਚਨ ਪੇਪਰ ਦੇ ਵਿੱਚੋਂ ਆਊਗਾ ਠੀਕ ਹੈ ਪਾਗ ਈੜੀ ਜਿਹੜਾ ਹੈ ਰੈਗੂਲਰ ਵਾਲਿਆਂ ਲਈ 30 ਨੰਬਰ ਦਾ ਡਿਸਟੈਂਸ ਅਤੇ ਪ੍ਰਾਈਵੇਟ ਵਾਲਿਆਂ ਲਈ 40 ਨੰਬਰ ਦਾ ਠੀਕ ਹੈ ਬਾਕੀ ਜਿਹੜਾ ਹੈਗਾ ਤੁਸੀਂ ਪੇਪਰ ਦਾ ਪੈਟਰਨ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਐਦਾਂ ਤੁਹਾਡਾ ਪੇਪਰ ਦਾ ਪੈਟਰਨ ਜਿਹੜਾ ਹੈਗਾ ਆਏਗਾ ਸੋ ਏ ਸੀ ਅੱਜ ਦਾ ਵੀਡੀਓ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ